जैया जो जाने तो दुरमत हनी कर बस काया गाओ रण रुतो भाजे नहीं सूरो थारो नौ जो जाने जैया जो जाने जो जाने तो दुरमत हनी तो दुरमत हनी जे तो जानना ना कुछ जानना चाहना जे तू ज्ञानवान होना चाहना कहा चाहना है तुरना ज्ञान वाले पासे नू पहला दुरमत छड़ दे ਜਿਹੜੀ ਪੁੱਠੀ ਮੱਤ ਲਈ ਹੋਈ ਆ ਨਾ ਗੁਰੂ ਨਾਨਕ ਕਹਿੰਦੇ ਨੇ ਉਹਨੂੰ ਕਬੀਰ ਦੀ ਵੀ ਤਾਂ ਮੱਤ ਪੁੱਠੀ ਲਈ ਸੀ ਛੱਡਤੀ ਉਹ ਇੱਕੋ ਟੱਕ 'ਚ ਮਾਰੀ ਪਰੇ ਵੱਢ ਕੇ ਟੁੱਕ ਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਬਣਾਏ ਪਹਿਲਾ ਦੁਰਮਤ ਛੱਡ ਦੇ ਇਹਨਾਂ ਨੂੰ ਰਿਸ਼ਤਾ ਤੋੜ ਲੈ ਜਿਹੜੀ ਮਾਇਆਧਾਰੀਆਂ ਦੀ ਮੱਤ ਹੈ ਉਹ ਛੱਡ ਦੇ ਸਾਖਤਾਂ ਦੀ ਮੱਤ ਛੱਡ ਦੇ ਅੱਖਾਂ ਨਾਲ ਕੁਛ ਨਹੀਂ ਦੇਖਣ ਵਾਲੀ ਚੀਜ਼ ਇੱਥੇ ਹੈਗੀ ਆਦਮੀ ਗੁਰੂ ਨਹੀਂ ਹੁੰਦਾ ਸਤਿਗੁਰ ਤੇ ਖਾਲੀ ਕੋਈ ਨਹੀਂ ਅੰਦਰੋਂ ਮਿਲਣਾ ਜੋ ਮਿਲਣਾ ਗੁਰਮਤ ਨੂੰ ਗ੍ਰਹਿਣ ਕਰ ਲੈ ਤੇ ਦੁਰਮਤ ਛੱਡ ਦੇ ਸੰਸਾਰੀ ਕੋਈ ਵੀ ਮਤ ਛੱਡ ਦੇ ਜਿਹੜੀ ਮਾਇਆਧਾਰੀਆਂ ਦੀ ਮਤ ਹੈ ਮਾਇਆ ਨਾਲ ਜੋੜਨ ਵਾਲੀ ਹੈ ਜੋ ਇੱਛਾਵਾਂ ਪੂਰੀਆਂ ਕਰਨ ਵਾਲੀ ਮਤ ਹੈ ਉਹ ਛੱਡ ਦੇ ਇੱਛਾ ਹੀ ਤਿਆਗ ਦੇ ਸੰਸਾਰ ਦੇ ਵਿੱਚ ਜਿਉਣ ਦੀ ਇੱਛਾ ਤਿਆਗ ਦੇ ਜਿਹੜੀਆਂ ਮੱਤਾਂ ਸੁੱਖ ਸ਼ਾਂਤੀ ਦਿੰਦੀਆਂ ਨੇ ਸੰਸਾਰੀ ਉਹ ਛੱਡ ਦੇ ਉਹਨਾਂ ਨੂੰ ਸੁਣਨਾ ਬੜੀਆਂ ਖਤਰਨਾਕ ਮੱਤਾਂ ਨੇ ਉਹ ਤਾਂ ਸਾਖਤਾਂ ਦੀਆਂ ਮੱਤਾਂ ਨੇ ਉਹ ਤਾਂ ਉਹ ਦੁਰਮੱਤ ਹੈ ਦੁਰਮੱਤ ਵੱਧ ਜੇ ਪੀਪਤੇ ਬਿਖਲੀ ਪੱਤ ਇਹ ਵੱਧ ਹੈ ਨਸ਼ਾ ਇਹ ਖਤਰਨਾਕ ਨਸ਼ਾ ਸਭ ਤੋਂ ਦੁਰਮੱਤ ਨੂੰ ਵੱਧ ਕਿਹਾ ਹੋਇਆ ਔਰ ਮੱਧ ਕੋਈ ਚੀਜ਼ ਨੂੰ ਮੰਨਿਆ ਨਹੀਂ ਹੋਇਆ ਗੁਰਬਾਣੀ ਨੇ ਸਿੱਧਾ ਨਾ ਗੁਰੂ ਨਾਨਕ ਦੀ ਗੱਲਬਾਤ ਹੁੰਦੀ ਹੈ ਉਹਨਾਂ ਨੂੰ ਨਹੀਂ ਕਿਹਾ ਤੁਸੀਂ ਮਾਸ ਕਿਉਂ ਖਾਂਦੇ ਸ਼ਰਾਬ ਕਿਉਂ ਪੀਂਦੇ ਹੋ ਕਿਤੇ ਜ਼ਿਕਰ ਨਹੀਂ ਕੀਤਾ ਸਿੱਧ ਗੋਸ਼ਟ ਕਿਤੇ ਚੈਪਟਰ ਨਹੀਂ ਹੈ ਨਹੀਂ ਪਹਿਲਾਂ ਉਹ ਸ਼ਰਤ ਲਾਉਂਦੇ ਅਸੀਂ ਪਹਿਲਾਂ ਸ਼ਰਤ ਇਹ ਲਾਉਂਦੇ ਸਿੱਖੀ 'ਚ ਉਹਨਾਂ ਨੇ ਤਾਂ ਲਾਈ ਨਹੀਂ ਸਿੱਧਾ ਸ਼ਰਤ ਕੋਈ ਕੀ ਖਾਂਦਾ ਕੀ ਨਹੀਂ ਖਾਂਦਾ ਸਾਨੂੰ ਕੀ ਲੈਣਾ ਸੰਸਾਰ ਹੈ ਜੇ ਵਰਡ ਵਿੱਚ ਅਸੀਂ ਸਿੱਖੀ ਚਾਹੁੰਦੇ ਹਾਂ ਉਹਦੇ ਖਾਣ ਪੀਣ ਨਾਲ ਸਾਨੂੰ ਕੋਈ ਧਿਆਨ ਨਹੀਂ ਦੇਣਾ ਚਾਹੀਦਾ ਪਹਿਲਾਂ ਉਹਨੂੰ ਵਿਚਾਰਧਾਰਾ ਸਮਝਾਓ ਜਦ ਉਹ ਸਮਝ 'ਚ ਆਜੂ ਫਿਰ ਗੱਲ ਗਾਹਾਂ ਆਪੇ ਛੱਡ ਦੂ ਉਹਨੂੰ ਗਿਆਨ ਸਾਰਾ ਦੇ ਦਿਉ ਆਪੇ ਛੱਡ ਦੂ ਜਿੱਥੇ ਉਹਨੂੰ ਡਿੱਕਾ ਪਊ ਨਾ ਉਹ ਆਪੇ ਛੱਡੂ ਕਿ ਜਿੱਤ ਖਾਧਾ ਤਨ ਪੀੜੀਏ ਮਨ ਵਿੱਚ ਚੱਲੇ ਬੁਕਾਰ ਇਹ ਉਹਨੂੰ ਆਪ ਪਤਾ ਲੱਗੂਗਾ ਮਨ ਉਹਦੇ 'ਚ ਬੁਕਾਰ ਚੱਲਣੇ ਨੇ ਅੜਿੱਕਾ ਉਹਦੇ ਵਾਸਤੇ ਬਣਨਾ ਪੀੜਾ ਉਹਨੂੰ ਹੋਣੀ ਖਾਧੇ ਪੀਤੇ ਦੇ ਇੱਥੇ ਸ਼ਰਤੇ ਪਹਿਲਾਂ ਦੂਜੀ ਹੈ ਕੇਸ ਰੱਖੋ ਜੀ ਕਿਰਪਾਨ ਪਾਓ ਜੀ ਇਹ ਕੁਛ ਸਿੱਖੀ ਪੱਲੇ ਹੈ ਨਹੀਂ ਨਾ ਉਹ ਬਹਾਨਾ ਹੋਰ ਬਣਾਇਆ ਹੋਇਆ ਪ੍ਰਚਾਰ ਜਿਹੜਾ ਕਰਦੇ ਨੂੰ ਸਿੱਖੀ ਦਾ ਹੀ ਨਹੀਂ ਸਿੱਖੀ ਦੀ ਸਮਝ ਨਹੀਂ ਇਹਨੂੰ ਪ੍ਰਚਾਰ ਦਾ ਬਣਾ ਲਿਆ ਇਹ ਕੀ ਕਿਹਾ ਇੱਥੇ ਜੋ ਜਾਣਨਾ ਤਾਂ ਦੁਰਮਤ ਹਨੀ ਉਹ ਦੁਰਮਤ ਹਨੀ ਦੁਰਮਤ ਛੱਡ ਦੇ ਜਿਹੜੀ ਅੱਜ ਮਤ ਦਾ ਪ੍ਰਚਾਰ ਹੋ ਰਿਹਾ ਸਿੱਖਾਂ ਦਾ ਦੁਰਮਤ ਹੈ ਪਹਿਲਾਂ ਇਹ ਛੱਡ ਦਿਓ ਜੇ ਜਾਣਨਾ ਜਿਹੜੀ ਗੱਲ ਛੱਡਣ ਨੂੰ ਕਿਹਾ ਤਾਂ ਉਹ ਤੁਸੀਂ ਫੜ ਲਈ ਮੁੜ ਕੇ ਗੁਰਮਤ ਛੱਡ ਕੇ ਤਾਂ ਦੁਰਮਤ ਫੜ ਲਈ ਇਹਨੂੰ ਛੱਡਣ ਨੂੰ ਕਿਹਾ ਹੋਇਆ ਤੇ ਗਾਂ ਤੁਰੂ ਕਿਵੇਂ ਗੱਡੀ ਗੁਰਬਾਣੀ ਦੀ ਸੋਝੀ ਆਊ ਕਿਵੇਂ ਸੋਝੀ ਤੁਹਾਨੂੰ ਨਹੀਂ ਆ ਸਕਦੀ ਕਦੇ ਵੀ ਸੋਝੀ ਵਾਲੀ ਗੱਲ ਹੋ ਹੀ ਨਹੀਂ ਸਕਦੀ ਸਵਾਲ ਨਹੀਂ ਪੈਦਾ ਹੁੰਦਾ ਜੇ ਕਿਸੇ ਨੂੰ ਆ ਜਾਵੇ ਸਾਨੂੰ ਫੜ ਲਵੇ ਕੋਈ ਦੱਸਿਆ ਜਿਹਨੂੰ ਸੋਝੀ ਆ ਗਈ ਆਪੇ ਮੈਦਾਨ 'ਚ ਸੋਝੀ ਨਹੀਂ ਆ ਸਕਦੀ ਕਿਸੇ ਨੂੰ ਵੀ ਗੁਰਬਾਣੀ ਕਹਿੰਦੀ ਹੈ ਕਰ ਬਸ ਕਾਇਆ ਗਾਉ ਕਾਇਆ ਗਾਉ ਕੀ ਹੈ ਹਿਰਦਾ ਬੇਗਮਪੁਰਾ ਇਹਨੂੰ ਆਪਣੇ ਕਾਬੂ 'ਚ ਕਰ ਲੈ ਮਨ ਦੇ ਕਾਬੂ 'ਚ ਨਹੀਂ ਮਨ ਇੱਥੋਂ ਖਿਆਲ ਆਪਣੇ ਪੈਰ ਆਪਣੀ 'ਚ ਉੱਧਰ ਛੱਡੇ ਮਨ ਕਰ ਬਸ ਕਾਇਆ ਗਾਉ ਬੁੱਧੀ ਕਾਇਆ ਗਾਉ ਨੂੰ ਬੁੱਧੀ ਦਾ ਇੱਥੇ ਰਾਜ ਹੋਵੇ ਅਕਲੇ ਸਾਹਿਬ ਸੇ ਵੀ ਇਹ ਅਕਲੀ ਪੜ੍ਹ ਕੇ ਬੁੱਝੀਏ ਅਕਲ ਦਾ ਰਾਜ ਹੋਵੇ ਮਨ ਦਾ ਰਾਜ ਹੋਵੇ ਇਹਨੂੰ ਇਹ ਮਨ ਹੈ ਜਿਹਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਦੁਰਮਤਾਂ ਮਨ ਨੂੰ ਚੰਗੀ ਲੱਗਦੀ ਆ ਮਤ ਮਨ ਦੇ ਮਤਲਬ ਦੀ ਮਤ ਹੈ ਤਾਂ ਲੋਕ ਮੰਨਦੇ ਨੇ ਉਹਨੂੰ ਛੇਤੀ ਜੇ ਮਾਰਗ ਪੰਡਿਤ ਕਹੇ ਪਾਛੇ ਪਰੀ ਕਿਉਂ ਪਏਗੀ ਮਤਲਬ ਦੀ ਗੱਲ ਹੈ ਸਾਰੇ ਲੋਕ ਅਮਲੀ ਨੇ ਸਾਰੇ ਲੋਕ ਸ਼ਰਾਬੀ ਨੇ ਨਸ਼ਈ ਨੇ ਦੁਰਮਤ ਦਾ ਨਸ਼ਾ ਪੀਣ ਵਾਲੇ ਸਾਰੇ ਪੰਡਿਤ ਮਗਰ ਹੋ ਗਏ ਉਹ ਨਸ਼ਾ ਪਲਾਉਂਦਾ ਜਿਹੜਾ ਨਸ਼ਾ ਲੋਕਾਂ ਨੂੰ ਲੱਗਿਆ ਹੋਇਆ ਹੈ ਲੋਭ ਦਾ ਨਸ਼ਾ ਹੈ ਮੋਹ ਦਾ ਨਸ਼ਾ ਹੈ ਕ੍ਰੋਧ ਦਾ ਨਸ਼ਾ ਹੈ ਉਹ ਛਡਾਉਂਦਾ ਹੀ ਨਹੀਂ ਇਹਨਾਂ ਨੂੰ
ਕਹਿੰਦਾ ਹੀ ਨਹੀਂ ਮੋਹ ਛੱਡ ਦਿਓ, ਉਹ ਕਹਿੰਦਾ ਹੀ ਨਹੀਂ ਲੋਭ ਛੱਡ ਦਿਓ। ਨਸ਼ੇ ਤਾਂ ਇਹ ਸੀਗੇ, ਉਹ ਲੋਕਾਂ ਨੂੰ ਖੁਸ਼ ਹੈ, ਧਾਰਮਿਕ ਵੀ ਬਣਾ ਦਿੱਤੇ, ਔਗਣ ਵੀ ਕੋਈ ਨਹੀਂ ਛੁਡਾਇਆ, ਧਾਰਮਿਕ ਦਾ ਠੱਪਾ ਲਾ ਦਿੱਤਾ, ਔਗਣ ਕੋਈ ਨਹੀਂ ਛੁਡਾਇਆ, ਔਗਣ ਕੋਈ ਨਹੀਂ ਛੁਡਾ ਰਹੇ, ਖਾਲਸੇ ਸਾਰੇ ਹੀ ਸਿੱਖ ਸਾਰੇ ਹੀ ਪੂਰੀਆਂ ਮਨੋਕਾਮਨਾਵਾਂ ਕਰਦੇ ਰਹੇ, ਮਨ ਪ੍ਰਧਾਨ ਹੈ, ਮਨ ਮੁੱਖ ਨੇ ਸਾਰੇ ਹੀ, ਔਰ ਸਾਰੇ ਖਾਲਸੇ ਵੀ ਨੇ, ਸਿੱਖ ਵੀ ਨੇ। ਅਜੀਬ ਗੱਲ, ਗੁਰਬਾਣੀ ਕੀ ਕਹਿੰਦੀ ਹੈ, ਤੁਸੀਂ ਕੀ ਕਹਿੰਦੇ ਹੋ, ਧੋਖਾ ਕਿਹਨੂੰ ਦੇ ਰਹੇ ਹੋ, ਧੋਖਾ ਖਾ ਗਏ ਆਪ, ਕਿਸੇ ਨੂੰ ਨਹੀਂ ਦੇ ਰਹੇ, ਧੋਖਾ ਖਾਈ ਬੈਠੇ ਹੋ। ਜਿਹੜੇ ਨਾ ਸਮਝੇ ਧੋਖਾ ਖਾਈ, ਉਹਨਾਂ ਨੂੰ ਜਦ ਪਤਾ ਲੱਗੂਗਾ, ਜਾਂ ਤਬ ਜਾਣੋਗੇ ਜਦ ਉਗੜੋਗੇ ਪਾਜ, ਜਾਂ ਪਾਜ ਉਗੜ ਜੂ ਨਾ, ਜਾਂ ਘਾਟਾ ਨਮੂਣ 'ਚ ਲੱਗੂਗਾ, ਜਾਂ ਸਮਝੋਗੇ ਸਭ ਸਾਰੇ ਜਾਣਗੇ, ਜਾਂ ਜੰਮਦਾ ਡੰਡ ਮੂੰਡ 'ਚ ਲੱਗੂਗਾ ਸਿਰ 'ਚ, ਜਾਂ ਜਾਗੂ ਜਦ ਬਾਜ ਉਗੜ ਜੂਗਾ, ਉਗੜ ਜਾਣਾ ਸਾਰਿਆਂ ਦਾ ਹੀ। ਜੇ ਗੁਰਬਾਣੀ ਸੱਚ ਹੈ ਤਾਂ ਗੁਰਬਾਣੀ ਤਾਂ ਇਹੀ ਕਹਿੰਦੀ ਹੈ, ਜਾਂ ਤੁਸੀਂ ਦੱਸੋ ਵੀ ਗੁਰਬਾਣੀ ਇਹ ਨਹੀਂ ਕਹਿੰਦੀ, ਜਾਂ ਕੋਈ ਦੱਸੇ ਵੀ ਗੁਰਬਾਣੀ ਇਹ ਗੱਲ ਨਹੀਂ ਕਹਿੰਦੀ, ਜੋ ਉਹ ਕਹਿ ਕਰਦੇ ਨੇ ਉਹੀ ਕਹਿੰਦੀ ਗੁਰਬਾਣੀ। ਜੇ ਗੁਰਬਾਣੀ ਹੋਰ ਕੁਛ ਕਹਿੰਦੀ ਹੈ, ਤੁਸੀਂ ਉਹ ਕਰਦੇ ਕਿਉਂ? ਗੁਰੂ ਤੋਂ ਬਾਗੀ ਹੋ ਕੇ ਕਬਜ਼ਾ ਕੀਤਾ ਹੋਇਆ ਉੱਥੇ, ਗੁਰਬਾਣੀ ਤੋਂ ਉਲਟ ਪ੍ਰਚਾਰ ਤੁਸੀਂ ਕੁਝ ਕਰ ਰਹੇ ਹੋ, ਫਿਰ ਤਾਂ ਕੋਈ ਗੱਲ ਹੀ ਨਹੀਂ। ਗੁਰ ਗੁਰੂ ਕਰਦੀ ਪ੍ਰਚਾਰ ਗੁਰਮਤਿ ਖਿਲਾਫ਼, ਰਾਸ਼ਨ ਖਾਣਾ ਜੀਦਾ ਉਹਦੇ ਗੁਣ ਗਾਉਣੇ ਚਾਹੀਦੇ ਨੇ, ਜਿਸਕਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਹਾਂ ਜਿਹਦੇ ਨਾਂ 'ਤੇ ਖਾਂਦੇ ਹੋ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਵਡਿਆਈ ਦੀ ਕਿਹਦੀ ਕਰਦੇ ਹੋ? ਮਾਇਆ ਦੀ। ਕੌਣ ਵੱਡਾ? ਮਾਇਆ ਵਡਿਆਈ, ਵਡਿਆਈ ਉਹਦੀ ਹੈ ਜਿਹਨੇ ਹਾਲੇ ਬੁਲਾਈ ਹੈ, ਉਹਦੀ ਵਡਿਆਈ ਨਹੀਂ, ਨਾ ਹਰ ਦੀ ਵਡਿਆਈ, ਨਾ ਜਿਹਨੇ ਹਾਲੇ ਬੁਲਾਈ ਉਹਦੀ ਵਡਿਆਈ। ਹਾਂਜੀ, ਜੋ ਜਾਣੇ ਤੋ ਦੁਰਮਤ ਹਨੀ ਕਰ ਬਸ ਕਾਇਆ ਗਾਉ, ਕਰ ਬਸ ਕਾਇਆ ਗਾਉ, ਆਪਣਾ ਹਿਰਦੇ ਨੂੰ ਆਪਣੇ ਕਾਬੂ ਚ ਕਰ, ਜੋ ਕੰਮ ਕਰਨਾ ਹੈ ਉਹ ਕਰ, ਮਨ ਨੂੰ ਆਪਣੇ ਕਾਬੂ ਚ ਕਰ, ਮਨ ਕਾਬੂ ਹਿਰਦਾ ਕਾਬੂ ਕੋਈ ਗੱਲ ਹੈ, ਆਪਣੇ ਮਨ ਨੂੰ ਕਾਬੂ ਕਰ, ਜੇ ਮਨ ਕਾਬੂ ਹੈ ਤਾਂ ਕਾਇਆ ਬਸ ਗਾਉ, ਤਨ ਵੀ ਕਾਬੂ ਹੈ ਮਨ ਵੀ ਕਾਬੂ ਹੈ। ਰਣ ਰੁੱਤੋ ਭਾਜੇ ਨਹੀਂ ਸੂਰੋ ਥਾਰੋ ਨੋ, ਰਣ ਰੁੱਤੋ ਭਾਜੋ ਨਹੀਂ, ਵਕਾਰਾਂ ਨਾਲ ਲੜਨ ਲੱਗ ਗਿਆ ਭਜੀਦਾ ਨਹੀਂ ਹੁੰਦਾ, ਤੂੰ ਸੂਰਮੇ ਸੂਰਮੇ ਨਹੀਂ ਭੱਜਦੇ ਹੁੰਦੇ, ਵਕਾਰਾਂ ਨਾਲ ਲੜਾਈ ਹੈ ਬਬੂਲੀ ਗੱਲ ਨਹੀਂ ਹੈ, ਪਰ ਜਦ ਜੰਗ ਸ਼ੁਰੂ ਕਰ ਲਈ ਫਿਰ ਭੱਜੀਦਾ ਨਹੀਂ ਹੁੰਦਾ, ਸੂਰੋ ਥਾਰੋ ਨੋ ਸੂਰਮੇ ਨਹੀਂ ਭੱਜਦੇ, ਜੇ ਸੂਰਮੇ ਫਿਰ ਤਾਂ ਭੱਜਦਾ ਨਹੀਂ, ਤੈਨੂੰ ਵਕਾਰ ਨਹੀਂ ਮਾਰ ਸਕਦੇ, ਜਿੱਦਾਂ ਮਰਨਾ ਵਕਾਰਾਂ ਨੇ ਮਰਨਾ, ਤੂੰ ਤਾਂ ਆਮ ਰਹਿ, ਤੂੰ ਤਾਂ ਮਰਦਾ ਹੀ ਨਹੀਂ, ਮਰਨਗੇ ਵਕਾਰ, ਤੂੰ ਖੰਡਾ ਦਾ ਚੱਕ, ਤੂੰ ਤਾਂ ਕੰਬੀ ਜਾਂਦਾ ਵਕਾਰਾਂ ਨੂੰ ਦੇਖ ਕੇ, ਤੂੰ ਅਵਾਰਾ ਵਕਾਰ ਅਮਰ ਨਹੀਂ ਹੈ ਕੋਈ ਵੀ, ਵਕਾਰ ਅਮਰਨਾ, ਲੜਦਾ ਕਿਉਂ ਨਹੀਂ, ਡਰਦਾ ਕਿਉਂ, ਡਰਾਇਆ ਹੋਇਆ ਨਾ ਦੁਰਮਤ ਦਾ, ਡਰਪੋਕਾਂ ਦਾ ਡਰਾਇਆ ਹੋਇਆ, ਜਿਹਨਾਂ ਨੇ ਮਰਨ ਕਬੂਲ ਨਹੀਂ ਨਾ ਕੀਤਾ ਉਹਨਾਂ ਦਾ ਡਰਾਇਆ ਹੋਇਆ, ਪੰਡਤ ਦਾ ਡਰਾਇਆ ਹੋਇਆ, ਡਰਪੋਕ ਹੈ, ਤਾਂ ਹੀ ਕਹਿ ਮਰਨ ਕਬੂਲ ਕਰ ਪਹਿਲਾਂ, ਸੂਰੋ ਥਾਰੋ ਨੋ, ਕਿਉਂ ਭਗਤ ਸੂਰਮਾ ਹੁੰਦੇ ਨੇ, ਭਗਤ ਭਗਤ ਤੋਂ ਬੜਾ ਸੂਰਮਾ ਕੌਣ, ਕੋਈ ਵੀ ਨਹੀਂ, ਜਿੱਤਣਾ ਬੈਠਾ ਕਾਲ ਨੂੰ, ਡਰਦਾ ਚੂਹੇ ਤੇ, ਡਰਦਾ ਕੁੱਤੇ ਤੇ, ਲੋਭ ਤਾਂ ਕੁੱਤਾ ਹੀ ਹੈ, ਫਿਰ ਕੁੱਤੇ ਤੇ ਕੀ ਡਰਦਾ,